ਫਾਜ਼ਿਲਕਾ ਦੇ ਪੁਰਾਣੇ ਅਬੋਰ ਰੋਡ ਤੇ ਹਸਪੀਟਲ ਅਤੇ ਦੁਕਾਨਾਂ ਦੇ ਅੱਗੇ ਲੱਗਦੀਆਂ ਸਬਜ਼ੀ ਦੀਆਂ ਰੇੜੀਆਂ ਲੋਕ ਹੋਏ ਪਰੇਸ਼ਾਨ ਕਿਹਾ ਹਾਈਕੋਰਟ ਤੋਂ ਕੇਸ ਜਿੱਤਣ ਤੋਂ ਬਾਅਦ ਵੀ ਨਹੀਂ ਮਿਲੀ ਰਾਹਤ ਫਾਜ਼ਿਲਕਾ ਦੇ ਪੁਰਾਣੇ ਅਬੋਰੇ ਰੋਡ ਤੇ ਸਬਜ਼ੀ ਦੀਆਂ ਰੇੜੀਆਂ ਲੱਗਦੀਆਂ ਇਹ ਰੇੜੀਆਂ ਦੁਕਾਨਾਂ ਦੇ ਅੱਗੇ ਲੱਗਦੀਆਂ ਅਤੇ ਇੱਥੇ ਇੱਕ ਹਸਪੀਟਲ ਵੀ ਮੌਜੂਦ ਹੈ ਜਿਸ ਦੇ ਅੱਗੇ ਵੀ ਇਹ ਰੇੜੀਆਂ ਇੱਥੇ ਖੜੀਆਂ ਰਹਿੰਦੀਆਂ ਜਿਸ ਦੇ ਚਲਦਿਆਂ ਲੋਕਾਂ ਦੇ ਪਰੇਸ਼ਾਨ ਲੋਕਾਂ ਦਾ ਕਹਿਣਾ ਕਿ ਉਹਨਾਂ ਵੱਲੋਂ ਹਾਈਕੋਰਟ ਦੇ ਵਿੱਚ ਕੇਸ ਕੀਤਾ ਗਿਆ ਸੀ ਜਿਸ ਦੇ ਬਾਵਜੂਦ ਵੀ ਇੱਥੇ ਹਾਲਾਤ ਜੋ ਦੇ ਤਿਉਂ ਹੈ ਉਹਨਾਂ ਵੱਲੋਂ ਕੇਸ ਜਿੱਤ ਲਿਆ ਗਿਆ ਲੇਕਿਨ ਨਗਰ ਕੌਂਸਲ ਇਹਨਾਂ ਰੇੜੀਆਂ ਨੂੰ ਇੱਥੋਂ ਹਟਾਉਣ ਦੇ ਲਈ ਕੋਈ ਵੀ ਪ੍ਰਯਾਸ ਨਹੀਂ ਕਰ ਰਹੀ ਉਹਨਾਂ ਨੇ ਕਿਹਾ ਕਿ ਰੇੜੀਆਂ ਕਰਕੇ ਉਹਨਾਂ ਦਾ ਕਾਰੋਬਾਰ ਵੀ ਠੱਪ ਹੁੰਦਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਜੇਕਰ ਕਿਸੇ ਨੂੰ ਰੇੜੀ ਅੱਗੇ ਕਰਨ ਲਈ ਕਿਹਾ ਜਾਂਦਾ ਹੈ ਤਾਂ ਉਹ ਲੜਾਈ ਝਗੜੇ 'ਤੇ ਉਤਾਰੂ ਹੋ ਜਾਂਦਾ ਹੈ ਜਿਸ ਦੇ ਚਲਦਿਆਂ ਦੁਕਾਨਦਾਰ ਖਾਸੇ ਪਰੇਸ਼ਾਨ ਹਨ ਉਹਨਾਂ ਨੇ ਇਸ ਸਮੱਸਿਆ ਦਾ ਹੱਲ ਕਰਨ ਦੀ ਮੰਗ ਕੀਤੀ ਹੈ ਕੀ ਨਾਮ ਤੁਹਾਡਾ ਮੇਰਾ ਨਾਮ ਬਾਈ ਜੀ ਸਿਕੰਦਰ ਕੁਮਾਰ ਹੈ ਮੈਂ ਓਨਰ ਹਾਂ ਜੀ ਕੰਬੋਜ ਫਰਨੀਚਰ ਹਾਊਸ ਦਾ ਪੁਰਾਣਾ ਅਬੋਰੀ ਅੱਡਾ 'ਚ ਮੇਰੀ ਸ਼ੋਪ ਹੈ ਜੀ ਫਰਨੀਚਰ ਦਾ ਕੰਮ ਕੀ ਸਮੱਸਿਆ ਕੀ ਆ ਰਹੀ ਹੈ ਸਮੱਸਿਆ ਬਾਈ ਜੀ ਇਹ ਹੈ ਵੀ ਜੋ ਕੋਪਰੇਟਿਵ ਬੈਂਕ ਦੀ ਗਲੀ ਦੇ ਵਿੱਚ ਪਹਿਲਾਂ ਰੇੜੀਆਂ ਲੱਗਦੀਆਂ ਜੀ ਸਾਰੀਆਂ ਸਬਜ਼ੀ ਵਾਲੀਆਂ ਉਹ ਰੇੜੀਆਂ ਨੂੰ ਉਠਾ ਕੇ ਕਮੇਟੀ ਵਾਲਿਆਂ ਨੇ ਕੀ ਕੀਤਾ ਜੀ ਇਹ ਮੇਨ ਰੋਡ ਦੇ ਉੱਤੇ ਲਵਾਤਾ ਜਦੋਂ ਕਿ ਕਮੇਟੀ ਨੂੰ ਚਾਹੀਦਾ ਸੀ ਇਹਨਾਂ ਨੂੰ ਜੋ ਪ੍ਰੋਪਰ ਬਣਦੀ ਜਗ੍ਹਾ ਹੈ ਜੀ ਉੱਥੇ ਭੇਜਿਆ ਜਾਵੇ ਜਦੋਂ ਅਸੀਂ ਕਮੇਟੀ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਹ ਕਹਿੰਦੇ ਜੀ ਸਾਨੂੰ ਸਿਰਫ ਕੋਪਰੇਟਿਵ ਬੈਂਕ ਵਾਲੀ ਗਲੀ ਦੇ ਵਿੱਚੋਂ ਉਠਾਉਣ ਦਾ ਆਰਡਰ ਹੈ ਸਾਨੂੰ ਇਧਰੋਂ ਆਰਡਰ ਨਹੀਂ ਹੈ ਹੁਣ ਇਹ ਬਾਈ ਜੀ ਇੱਧਰ ਸੜਕ ਦੇ ਉੱਤੇ ਨਜਾਇਜ਼ ਕਬਜ਼ਾ ਹੈ ਇਹ ਕੋਈ ਪ੍ਰੋਪਰ ਜਗ੍ਹਾ ਨਹੀਂ ਹੈ ਇਹ ਸਾਰੀਆਂ ਰੇੜੀਆਂ ਜੀ ਸਾਡੀ ਦੁਕਾਨਾਂ ਦੇ ਅੱਗੇ ਲੱਗੀਆਂ ਹੋਈਆਂ ਅਸੀਂ ਸਾਡੇ ਕੰਮਕਾਰ ਬਾਈ ਜੀ ਬਿਲਕੁਲ ਠੱਪ ਹੋ ਚੁੱਕੇ ਹੈ ਕਿ ਉਹ ਆਵਾਜਾਈ ਸ਼ਾਮ ਨੂੰ ਬਿਲਕੁਲ ਬੰਦ ਹੋ ਜਾਂਦੀ ਹੈ ਕਿਸੇ ਤਰ੍ਹਾਂ ਦੀ ਕੋਈ ਆਵਾਜਾਈ ਨਹੀਂ ਹੈਗੀ ਇੱਥੇ ਹੋਸਪਿਟਲ ਹੈ ਜੀ ਡਾਕਟਰ ਰਾਜਨ ਕੱਕੜ ਦਾ ਸਪੈਸ਼ਲੀ ਕਿਸੇ ਤਰ੍ਹਾਂ ਕੋਈ ਐਂਬੂਲੈਂਸ ਆ ਜਾਂਦੀ ਹੈ ਤਾਂ ਉਹਨੂੰ ਬਿਲਕੁਲ ਰਸਤਾ ਨਹੀਂ ਦਿੱਤਾ ਜਾਂਦਾ ਰਸਤਾ ਮਿਲੇ ਕਿੱਥੋਂ ਬਾਈ ਜੀ ਰੇਹੜੀਆਂ ਨਾਲ ਸਾਰਾ ਬੰਦ ਹੈ ਰਸਤਾ ਨਹੀਂ ਮਿਲਦਾ ਅਤੇ ਕਿਸੇ ਸਮੇਂ ਵੀ ਕੋਈ ਵੀ ਅਣਸੁਖਾਵੀ ਘਟਨਾ ਇੱਥੇ ਹੋ ਸਕਦੀ ਹੈ ਕਿਸੇ ਤਰ੍ਹਾਂ ਵੀ ਇਹ ਬਿਲਕੁਲ ਬਾਈ ਜੀ ਹਾਈਕੋਰਟ ਤੋਂ ਜਦੋਂ ਕੇਸ ਲੱਗਿਆ ਸੀ ਜੀ ਉਹਨਾਂ ਨੇ ਆਰਡਰ ਦਿੱਤੇ ਸੀ ਕਮੇਟੀ ਨੂੰ ਵੀ ਰੇਹੜੀ ਵਾਲਿਆਂ ਨੂੰ ਇੱਕ ਬਣਦੀ ਪ੍ਰੋਪਰ ਜਗ੍ਹਾ 'ਤੇ ਭੇਜਿਆ ਜਾਵੇ ਬਿਲਕੁਲ ਇਸ ਰੋਡ ਦੇ ਉੱਪਰੋਂ ਵੀ ਔਰ ਬੈਂਕ ਵਾਲੀ ਗਲੀ ਦੇ ਵਿੱਚੋਂ ਵੀ ਪਰ ਕਮੇਟੀ ਨੇ ਕੀ ਕੀਤਾ ਜੀ ਸਾਰੇ ਬੰਦਿਆਂ ਨੂੰ ਗਲੀ 'ਚੋਂ ਉਠਾ ਕੇ ਇੱਧਰ ਨਜਾਇਜ਼ ਕਬਜ਼ਾ ਕਰਾ ਰੱਖਿਆ ਜੋ ਕਿ ਬਿਲਕੁਲ ਗਲਤ ਹੈ ਸਾਡੀ ਇਹੀ ਮੰਗ ਹੈ ਵੀ ਇਹਨਾਂ ਬਾਈ ਇਹਨਾਂ ਨੂੰ ਪ੍ਰੋਪਰ ਜਗ੍ਹਾ 'ਤੇ ਭੇਜਿਆ ਜਾਵੇ ਤਾਂ ਕਿ ਮਾਰਕੀਟ ਦੇ ਵਿੱਚ ਕਿਸੇ ਤਰ੍ਹਾਂ ਦੀ ਕਿਸੇ ਨੂੰ ਪਰੇਸ਼ਾਨੀ ਨਾ ਹੋਵੇ ਆਵਾਜਾਈ ਦੀ ਬਸ ਆਹੀ ਮੰਗ ਕਰਦੇ ਹਾਂ ਜੀ ਇੱਕ ਤਾਂ ਨਿਆਜ਼ ਬੋਲਦੇ ਨੇ ਫਿਰ ਗਾਲਾਂ ਕੱਢਦੇ ਨੇ ਨਿਆਜ਼ ਫਿਰ ਅਸੀਂ ਦੁਕਾਨ ਖੋਲ੍ਹਦੇ ਸਾਰਾ ਦੁਕਾਨਾਂ ਦਾ ਗੰਦ ਅੱਗੇ ਪਿਆ ਹੁੰਦਾ ਰੇੜੀਆਂ ਦਾ ਇਹ ਵੀ ਸਫਾਈ ਕਰਕੇ ਵੀ ਨਹੀਂ ਜਾਂਦੇ ਅਸੀਂ ਕਹਿੰਦੇ ਇੱਥੇ ਰੇੜੀਆਂ ਨਹੀਂ ਹੋਣੀ ਚਾਹੀਦੀਆਂ ਡਾਕਟਰ ਦੇ ਅੱਗੇ ਵੀ ਗੰਦ ਦਿੰਦੇ ਰਹੇ ਰਸਤਾ ਨਹੀਂ ਮਿਲਦਾ ਹਸਪੀਟਲ ਨੂੰ ਹਾਂਜੀ ਰਸਤਾ ਨਹੀਂ ਮਿਲਦਾ ਹਸਪੀਟਲ ਨਹੀਂ ਮਿਲਦਾ ਜੀ ਜਲਦੀ ਉਦੋਂ ਅੰਦਰੋਂ ਬੰਦੇ ਆਉਂਦੇ ਨੇ ਕਹਿੰਦੇ ਸਟਾਫ ਬਾਹਰ ਹੁੰਦਾ ਆ ਤੁਸੀਂ ਆ ਵੇਖ ਲਓ ਕਿਵੇਂ ਰੇੜੀਆਂ ਅੱਗੇ ਲੱਗੇ ਨੇ ਹਸਪੀਟਲ ਲੱਗੇ ਰੇੜੀ ਹੋਣੀ ਚਾਹੀਦੀ ਰੇੜੀਆਂ ਜਿਹੜੀਆਂ ਬਾਹਰ ਖੜੀਆਂ ਰਹਿੰਦੀਆਂ ਨਾ ਤਾਂ ਮਰੀਜ਼ ਅੰਦਰ ਆ ਸਕਦਾ ਨਾ ਬਾਹਰ ਜਾ ਸਕਦਾ ਐਂਬੂਲੈਂਸ ਆਉਂਦੀ ਹੈ ਕਿਸੇ ਪੇਸ਼ੈਂਟ ਨੂੰ ਰੈਫਰ ਕਰਨੇ ਆ ਉਹਨੂੰ ਬਾਹਰ ਨਿਕਲਦੇ ਨਿਕਲਦੇ ਘੰਟਾ ਲੱਗ ਜਾਂਦਾ ਕੱਲ੍ਹ ਇੱਕ ਸੀਰੀਅਸ ਪੇਸ਼ੈਂਟ ਜਾ ਰਿਹਾ ਸੀ ਉਹਨਾਂ ਨੂੰ ਵੀ ਅੱਧਾ ਪੌਣਾ ਘੰਟਾ ਲੱਗ ਗਿਆ ਔਰ ਰੇਹੜੀ ਵਾਲੇ ਨੂੰ ਕਹਿੰਦੇ ਆ ਪਾਸੇ ਕਰਦੇ ਪਹਿਲੀ ਗੱਲ ਤਾਂ ਪਾਸੇ ਨਹੀਂ ਕਰਦੇ ਲੜਾਈ ਕਰਨ 'ਤੇ ਆਉਂਦੇ ਆ ਉਸ ਤੋਂ ਬਾਅਦ ਫਿਰ ਅੱਗੇ ਕਰ ਦਿੰਦੇ ਆ ਦੋਨੋਂ ਗੇਟ ਸਾਰਾ ਹਸਪਤਾਲ ਦਾ ਰਸਤਾ ਨਾਲ ਦੀ ਗਲੀ ਬੰਦ ਕਰਕੇ ਰੱਖਦੇ ਆ ਕਮੇਟੀ 'ਚ ਬਹੁਤ ਵਾਰੀ ਸ਼ਿਕਾਇਤ ਕਰ ਚੁੱਕੇ ਹਾਂ ਪਰ ਕੋਈ ਐਕਸ਼ਨ ਨਹੀਂ ਹੋ ਰਿਹਾ ਜਿਹੜਾ ਕੋਰਟ 'ਚ ਕੇਸ ਕੀਤਾ ਸੀ ਉਹ ਵੀ ਜਿੱਤ ਚੁੱਕੇ ਹਾਂ ਕਮੇਟੀ ਨੇ ਪਿਛਲੀ ਗਲੀ ਖਾਲੀ ਕਰਾਤੀ ਇਹ ਗਲੀ ਵੀ ਵਿੱਚ ਇੰਕਲੂਡਿਡ ਸੀ ਉਹਦੇ ਕੇਸ ਦੇ ਉਹਦੇ ਬਾਵਜੂਦ ਵੀ ਇਹਦੇ ਵਿੱਚ ਕੋਈ ਐਕਸ਼ਨ ਨਹੀਂ ਲੈ ਰਹੇ ਮੈਂ ਨਰੇਸ਼ ਕੁਮਾਰ ਜੀ ਮੈਂ ਆਮ ਆਦਮੀ ਪਾਰਟੀ ਦਾ ਪ੍ਰੈਜ਼ੀਡੈਂਟ ਹਾਂ ਜੀ ਡਿਸਟ੍ਰਿਕਟ ਦਾ ਜੀ ਵਾਰ ਮੰਡਲ ਦਾ ਅਤੇ ਆਪਣੇ ਦੁਕਾਨਦਾਰ ਨੇ ਜੀ ਇਹਨਾਂ ਦੇ ਨਾਲ ਤਾਂ ਫਿਰ ਸਾਨੂੰ ਚੱਲਣਾ ਪਏਗਾ ਕਿਉਂਕਿ ਇਹਨਾਂ ਕਰਕੇ ਸਾਡੇ ਵਪਾਰੀਆਂ ਕਰਕੇ ਹੀ ਸਾਡੀ ਸਰਕਾਰ ਬਣੀ ਹੈ ਅਤੇ ਇਸ ਤਰ੍ਹਾਂ ਹੈ ਵੀ ਇਹ ਜਿਹੜਾ ਸਾਰਾ ਸਿਸਟਮ ਹੈ ਇਹ ਈਓ ਸਾਹਿਬ ਨੂੰ ਆਰਡਰ ਆਏ ਹੋਏ ਨੇ ਬਾਹਰੋਂ ਹਾਈਕੋਰਟ ਦੇ ਇਹ ਸੜਕ ਦਾ ਵੀ ਨਾਂ ਲਿਆ ਹੋਇਆ ਇੱਥੋਂ ਲੈ ਕੇ ਰੱਖਾ ਰਾਮ ਚੌਂਕ ਤੋਂ ਲੈ ਕੇ ਪੈਟਰੋਲ ਪੰਪ ਤੱਕ ਜੀ ਇੱਧਰੋਂ ਇਹ ਗਲੀ ਸਿੱਧੀ ਜਾਂਦੀ ਜਿਹੜੀ ਓਮ ਬੈਕਰੀ ਤੱਕ ਇਹ ਸਾਰੀ ਹਾਈਕੋਰਟ ਦੇ ਆਰਡਰ ਨੇ ਉੱਧਰੋਂ ਇਹਨਾਂ ਖਾਲੀ ਕਰਾਤੀ ਇੱਧਰੋਂ ਖਾਲੀ ਨਹੀਂ ਕਰਾ ਰਹੇ ਇਹ ਬਿਲਕੁਲ ਜੀ ਇੱਥੇ ਕੋਈ ਸਾਡਾ ਹੋਸਪਿਟਲ ਇੱਥੇ ਕੋਈ ਅਣਗਹਿਲੀ ਹੁੰਦੀ ਕੱਲ੍ਹ ਨੂੰ ਕੋਈ ਬੱਚੇ ਦੀ ਡੈਥ ਹੋ ਜਾਂਦੀ ਹੈ ਔਰ ਆਪਣਾ ਲੰਘਣ ਨੂੰ ਪਰੇਸ਼ਾਨੀ ਹੋ ਰਹੀ ਹੈ ਅਤੇ ਕੱਲ੍ਹ ਨੂੰ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਏਗੀ ਜਿਨ੍ਹਾਂ ਦੇ ਇਹ ਅੰਡਰ ਕੰਮ ਹੈਗਾ